गावत पाई ओ सफल सदा सुखदाई नानक नाम त्याया पूर्व लिखिया पाया हर की भगत दाती। वाहिगुरु जी का खालसा वाहिगुरु जी की फतेह। शहंशाह आलम वालिए दो जहां लोक परलोक के सहायक सतगुरु सर्वकला समर्थ सर्वशक्तिमान सर्वत दा भला करनहार तगड़िया माड़िया अमीर गरीबा सियाणिया न्याणिया समझदार तथा बेवकूफा सारिया का भला करने वाले जिन्हें भी विशेषण वरत लवान बड़े सीमित ने गुरु की खेड असीम है। अपार बख्शिश होई बार बार कई ख्याल आते ने। एक पत्थर जेड़ा किसी पहाड़ की चोटी ते पिया है उन्हों बेचारे कितने इन्नी ताकत पी उस सागर तक पहुँच जाए। पर जदों सागर रहमत विच आउंदा है वह अपना थां अपना रूप अपना आकार अपना वजूद सब कुछ बदल के हजारां मीलों का सफर करके उस पत्थर से जाके अपना आपा निशावर कर देता है। गुरु द्वारा रसाए हुए गुरु के कीर्तनिए जो साड़ी तोड़ी चोली विच गुरमत दे कुछ बड़े गहरे ख्याल पा रहे सन मन की सोझी है मन हमेशा ही विचारदा रहिंदा है। जिस पावन बख्शिश विचों समझो छे पंक्तियां दा पावन बचन लैके आप जी नाल सांझ पाई जा रही सी उस रचना दे करीबन 52 पद ने। उहदा नाम दखणी ओंकार करके है गुरबाणी विच लमेरियां बाणियां विचों एक पावन बाणी है। कुछ विद्वानां ने इतिहास नाल इस पावन बाणी नूं रचा के मिला के इदां लिखना कीता है कि ये बाणी सतगुरु पातशाह जी जदों श्री लंका नूं जा रहे सन ओंकारेश्वर दे स्थान ते एक पंडित नाल मिल के चर्चा करके ये बाणी की रचना कीती। कर्म दा सिद्धांत समझना बड़ा औखा है बयानना ते होर भी औखा है। इन्ना ही कह के केवल ते केवल छुटकारा कर लेना चाहिदा है कि अपनी करनी कर नरक होना पावो ठोर। तुमरो विरद कर आसरो सुमार हों कर्मा वल जाती मारीए ते कर्मा दा लेखा जोखा मकाउणा औखा है।
ਔਰ ਜੋ ਧਰਮ ਦੀ ਦੁਨੀਆ ਵਿੱਚ ਖਾਸ ਕਰਕੇ ਸਿੱਖ ਧਰਮ ਦੀ ਦੁਨੀਆ 'ਚ ਹੈ ਉਹ ਇਸ ਗੱਲ 'ਤੇ ਕਰੀਬਨ ਕੇਂਦਰਿਤ ਹੈ ਸਾਡੇ ਤੁਹਾਡੇ ਕਰਮਾਂ ਨਾਲੋਂ ਪਰਮਾਤਮਾ ਦੀ ਬਖਸ਼ਿਸ਼ ਬਹੁਤ ਵੱਡੀ ਹੈ ਭਾਵੇਂ ਕਿ ਜ਼ਿਆਦਾਤਰ ਵਿਦਵਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਕਰਮ ਦੇ ਨਾਲ ਜੋੜ ਕੇ ਬਹੁਤ ਗਹਿਰੇ ਉਤਰਦੇ ਨੇ ਪਰ ਚੰਦ ਕੁ ਵਿਦਵਾਨ ਜਿਹੜੇ ਕੇਵਲ ਕਰਮ ਦੇ ਵਾਲੇ ਪਾਸੇ ਹੀ ਨਹੀਂ ਬਲਕਿ ਉਹ ਉਸ ਕੇਂਦਰਿਤ ਵੱਲ ਜਾਂ ਉਸ ਤਾਕਤ ਵੱਲ ਸੁਰਤੀ ਰੱਖਦੇ ਨੇ ਜਿਸ ਤਾਕਤ ਕਰਕੇ ਇਹ ਸ੍ਰਿਸ਼ਟੀ ਪੈਦਾ ਹੁੰਦੀ ਜਿਸ ਤਾਕਤ ਕਰਕੇ ਇਸ ਸ੍ਰਿਸ਼ਟੀ ਦਾ ਕਰਮ ਸਿਧਾਂਤ ਚੱਲਦਾ ਹੈ। ਦੋ ਵਚਨ ਕਹਿ ਕੇ ਤੁਹਾਡੇ ਕੋਲੋਂ ਖਿਮਾ ਮੰਗ ਲਾਂਗਾ। ਕਰਮ ਵੱਧ ਤੁਮ ਜੀਓ ਕਹਿਤ ਹੋ ਬਾਬਾ ਕਬੀਰ ਜੀ। ਪਰ ਕਰਮੇ ਕਿਨ ਜੀਓ ਦੀਨ ਰੇ, ਇਸ ਕਰਮ ਨੂੰ ਚਲਾਇਆ ਕਿਨੇ? ਅਰਬਦ ਨਰਬਦ ਧੁੰਦੂ ਕਾਰਾ, ਤਰਨਾ ਗਗਨਾ ਹੁਕਮ ਪਾਰਾ। ਉਦੋਂ ਤੇ ਕੁਝ ਵੀ ਨਹੀਂ ਸੀ। ਗੁਰਮਤਿ ਦੀ ਫਿਲੋਸਫੀ ਨੂੰ ਜਾਂ ਗੁਰਮਤਿ ਦੀ ਸਿੱਖਿਆ ਨੂੰ ਸੱਚਪੁੱਛੋ ਤੇ ਕਈ ਵਾਰੀ ਬੇਨਤੀ ਕਰਿਆ ਕਰਦਾ, ਕਰੀਬਨ ਕਰੀਬਨ ਕਰਮ ਦੇ ਸਿਧਾਂਤ ਜਾਣ ਕੇ ਮਹਾਤਮਾ ਬੁੱਧ ਤੇ ਮਹਾਵੀਰ ਬਹੁਤ ਗਹਿਰੇ ਉਤਰਦੇ ਨੇ, ਬੜੀ ਬਰੀਕੀ 'ਚ ਜਾ ਕੇ ਉਤਰਦੇ ਨੇ। ਮਹਾਤਮਾ ਬੁੱਧ ਦਾ ਇੱਕ ਗ੍ਰੰਥ ਹੈ ਧੰਮਪਦ। ਮੈਂ ਉਹਨਾਂ ਨੂੰ ਇਸ ਕਰਕੇ ਨਹੀਂ ਟੱਚ ਕਰਦਾ ਕਿਉਂਕਿ ਅੱਜ ਕੱਲ੍ਹ ਇੱਕ ਬੰਨਿਓ ਤੇ ਚੰਗਾ ਹੈ ਤੇ ਦੂਜੇ ਬੰਨਿਓ ਸੰਕੀਰਨਤਾ ਹੀ ਮਹਿਸੂਸ ਕਰਦਾ। ਚੰਗਾ ਇਸ ਕਰਕੇ ਹੈ ਵੀ ਆਪਣੀ ਮਾਂ ਤੇ ਧਿਆਨ ਕੇਂਦਰਿਤ ਰਹਿ, ਸੰਕੀਰਨਤਾ ਹੀ ਇਸ ਕਰਕੇ ਕਰਦਾ ਵੀ ਗੁਰੂ ਦੀ ਗੋਦ 'ਚ ਤੇ ਸਾਰੇ ਆਣ ਕੇ ਸਮਾ ਜਾਂਦੇ ਪਰ ਅੱਜ ਸਿੱਖ ਦੂਸਰੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਮੈਂ ਜਿੰਨਾ ਕੁ ਪਠਨ ਪਾਠ ਕਰ ਸਕਿਆ ਪੜ੍ਹ ਸਕਿਆ, ਮਹਾਤਮਾ ਬੁੱਧ ਪਰਮਾਤਮਾ ਤੋਂ ਇਨਕਾਰੀ ਹੈ, ਉਹ ਰੱਬ ਦੇ ਬਾਰੇ 'ਚ ਚੁੱਪ ਹੈ। ਧੰਮਪਦ 'ਚ ਸਿਰਫ ਤੇ ਸਿਰਫ ਦੋ ਸਲੋਕ ਐਸੇ ਨੇ ਜਿਨ੍ਹਾਂ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਵੀ ਉਹ ਮੰਨਦਾ ਹੈ ਵੀ ਕੋਈ ਹੋਰ ਤਾਕਤ, ਕੋਈ ਹੋਰ ਵਜੂਦ, ਕੋਈ ਹੋਰ ਸ਼ਕਤੀ ਹੈ, ਵਰਨਾ ਉਹ ਕਰਮ ਨੂੰ ਹੀ ਪਹਿਲ ਦਿੰਦਾ ਅਤੇ ਕਰਮ ਨੂੰ ਇੰਨੀ ਪਹਿਲ ਦੇ ਜਾਂਦਾ ਕਿ ਉਹਨੂੰ ਕਹਿਣਾ ਪੈਂਦਾ ਕਿ ਰੱਬ ਹੈ ਨਹੀਂ। ਇਹ ਤਾਂ ਬੇਨਤੀ ਕਰਿਆ ਕਰਦਾ ਆ ਜਦੋਂ ਅਸੀਂ ਕਦੇ ਵੀ ਕਿਸੇ ਵੀ ਵਿਸ਼ੇ ਦੇ ਇੱਕ ਪੱਖ ਨੂੰ ਲੈ ਕੇ ਕਈ ਵਾਰੀ ਵਿਚਾਰ ਕਰਦੇ ਹਾਂ ਅਤੇ ਸਰੋਤਾ ਜਿਹੜਾ ਸੰਗਤ 'ਚ ਬੈਠਾ ਉਹ ਕਈ ਵਾਰੀ ਉਜੜੇ ਪੈ ਜਾਂਦਾ ਵੀ ਇਹ ਕੀ ਹੋਏਗਾ, ਸਾਡਾ ਕੀ ਬਣੇਗਾ, ਅਸੀਂ ਤਾਂ ਕਰਮੋਂ ਕਰ ਹੀ ਨਹੀਂ ਸਕਦੇ। ਬਾਬਾ ਨਾਮਦੇਵ ਜੀ ਦਾ ਸ਼ਬਦ ਸਿਮਰਨ ਦੇ ਬਾਰੇ 'ਚ ਬਹੁਤ ਪਿਆਰਾ ਹੈ, ਕਿਸੇ ਦਿਨ ਚੇਤਾ ਰਹਿ ਗਿਆ ਤਾਂ ਉਹਨੂੰ ਖੋਲਾਂਗਾ ਕਿਉਂਕਿ ਫਿਰ ਮੇਰਾ ਲੜੀ ਵਾਲਾ ਸਿਸਟਮ ਬੰਦ ਹੋ ਜਾਂਦਾ, ਫਿਰ ਦੋਸ਼ ਲੱਗ ਜਾਂਦਾ ਵੀ ਗਿਆਨੀ ਜੀ ਕਥਾ ਉੱਥੇ ਦੀ ਉੱਥੇ ਹੀ ਅੜੀ ਹੈ। ਤਾਂ ਵੈਸੇ ਸਾਰਾ ਕੁਝ ਸਮਝਣ ਸਮਝਾਉਣ ਵਾਸਤੇ ਖੇਡ ਉਹਦੀ। ਮੈਂ ਆਪ ਜੀ ਦੇ ਸਾਹਮਣੇ ਇੱਕ ਕਹਾਵਤ ਜਿਹੜੀ ਮੈਨੂੰ ਕਿਸੇ ਨੇ ਭੇਜੀ ਸੀ ਵਟਸਐਪ 'ਤੇ ਅੰਗਰੇਜ਼ੀ ਦੀ, ਮੈਂ ਤੀਜੀ ਵਾਰੀ ਦੁਹਰਾਉਣ ਲੱਗਾ ਜਿੰਨਾ ਕੁ ਮੇਰੀ ਯਾਦ ਕੰਮ ਕਰਦੀ ਹੈ ਵੀ ਗੋਡ ਇਜ਼ ਡਾਇਰੈਕਟਰ, ਮੈਨ ਇਜ਼ ਐਕਟਰ। ਐਕਟਰ ਵੱਲ ਵੇਖਾਂਗੇ ਅਤੇ ਕਰਮ ਵੱਖਰਾ ਵੱਖਰਾ ਹੋ ਜਾਏਗਾ ਕਿਉਂਕਿ ਐਕਟਰ ਇੱਕ ਕਿਸਮ ਦਾ ਨਹੀਂ ਹੁੰਦਾ।
ਕਿਤੇ ਧੀ ਦਾ ਰੋਲ ਹੈ, ਕਿਤੇ ਮਾਂ ਦਾ ਰੋਲ ਹੈ, ਕਿਤੇ ਘਰਵਾਲੀ ਦਾ ਰੋਲ ਹੈ, ਕਿਤੇ ਪੋਤਰੀ ਦਾ ਰੋਲ ਹੈ, ਕਿਤੇ ਦੋਹਤਰੀ ਦਾ ਰੋਲ ਹੈ, ਕਿਤੇ ਪੋਤੀ ਦਾ ਰੋਲ ਹੈ, ਵੱਖੋ ਵੱਖ ਰੋਲ ਨੇ। ਡਾਇਰੈਕਟਰ ਵੱਲ ਵੇਖਾਂਗੇ ਤੇ ਡਾਇਰੈਕਟਰ ਇੱਕੋ ਹੀ ਹੈ, ਜਦੋਂ ਡਾਇਰੈਕਟਰ ਵੱਲ ਵੇਖਾਂਗੇ ਤੇ ਐਕਟਰਾਂ ਦੇ ਕਰਮਾਂ ਦਾ ਐਕਟਰਾਂ ਤੇ ਦੋਸ਼ ਆਉਣਾ ਬੰਦ ਹੋ ਜਾਏਗਾ, ਕਿਉਂਕਿ ਕਰਾਉਣ ਵਾਲਾ ਡਾਇਰੈਕਟਰ ਹੈ। ਉਹ ਜਿਹੋ ਜਿਹੀ ਡਾਇਰੈਕਸ਼ਨ ਦਿੰਦਾ ਹੈ, ਕਾਟ ਕੀ ਪੁੱਤਰੀ ਕਹਾ ਕਰੇ ਬਪਰੀ। ਇੱਕ ਹੋਰ ਨੁਕਤਾ ਨਾਲ ਨਾਲ ਅੱਜ ਦਾ ਪਾਵਨ ਬਚਨ ਵੀ ਸ਼ਾਇਦ ਖੁੱਲ ਜਾਏ। ਮੈਂ ਕਈ ਵਾਰੀ ਬੇਨਤੀ ਕਰਿਆ ਕਰਦਾ ਹਾਂ, ਇੱਕ ਪੱਖ ਨੂੰ ਲੈ ਕੇ ਕਾਮ ਬਹੁਤ ਮਾੜਾ ਹੈ, ਹੰਕਾਰ ਸੱਚ ਪੁੱਛੋ ਤੇ ਗੁਰਮਤ ਬਾਰ 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 ਆਉਂਦੀ, ਹੰਕਾਰ ਤੋਂ ਬਚ, ਹੰਕਾਰ ਤੋਂ ਬਚ। ਪਰ ਕਦੇ ਕਦੇ ਹੰਕਾਰ ਦੀ ਕਹਾਣੀ ਪੜ੍ਹ ਕੇ ਫਿਰ ਉਹ ਚੰਗਾ ਲੱਗਦਾ। ਤੁਸੀਂ ਆਖੋਗੇ ਹੱਦ ਹੋ ਗਈ, ਬੜਾ ਬੇਵਕੂਫ ਹੈ, ਨਾਲੇ ਇੰਨਾ ਚੰਗਾ ਨਹੀਂ, ਨਾਲੇ ਇੰਨਾ ਚੰਗਾ ਲੱਗਦਾ। ਹੁਣ ਤੁਸੀਂ ਫੈਸਲਾ ਕਰੋ। ਇਹ ਦ੍ਰਿਸ਼ਟੀ ਮਹਿਬੂਬ ਜੀ ਦੀ ਹੈ। ਹੰਕਾਰ ਆਇਆ ਪੰਡਿਤ ਲਾਲ ਚੰਦ ਨੂੰ ਤੇ ਹੰਕਾਰੀ ਹੋਇਆ, ਇੰਨਾ ਹੰਕਾਰੀ ਹੋ ਗਿਆ ਕਿ ਡਾਇਰੈਕਟਰ ਦੇ ਸਾਹਮਣੇ ਜਾ ਕੇ ਵੀ ਆਂਦਾ ਕਿ ਤੁਸੀਂ ਗਲਤ ਹੋ, ਤੁਹਾਡਾ ਨਾਂ ਹੀ ਗਲਤ ਹੈ, ਜੇ ਤੁਸੀਂ ਹਰੀ ਕ੍ਰਿਸ਼ਨ ਹੋ ਤੇ ਗੀਤਾ ਦੇ ਅਰਥ ਕਰਕੇ ਦੱਸ ਦਿਓ। ਹੁਣ ਕੌਣ ਦੱਸੇ ਵੀ ਡਾਇਰੈਕਟਰ ਤੇ ਖੁਦ ਮਾਲਕ ਹੈ? ਡਾਇਰੈਕਟਰ ਦਾ ਜੀ ਕਰੇ ਐਕਟਰ ਦੀ ਹੋਂਦ ਰਹਿਣ ਦੇ, ਡਾਇਰੈਕਟਰ ਦਾ ਜੀ ਕਰੇ ਡੀਗ੍ਰੇਡ ਕਰਕੇ ਉਹਦੇ ਕੋਲ ਹੋਰ ਕੋਈ ਕਰਮ ਕਰਾ ਲਿਆ, ਕਿਉਂਕਿ ਡਾਇਰੈਕਟਰ ਸੁਪਰੀਮ ਪਾਵਰ, ਫਾਈਨਲ ਟੱਚ, ਐਂਡ ਆਫ ਦੀ ਸਿਸਟਮ, ਕਿਉਂਕਿ ਉਹਦੇ ਤੋਂ ਚੱਲਦਾ ਸਾਰਾ ਕੁਝ। ਇੱਥੇ ਆਣ ਕੇ ਕਈ ਪੱਖ ਆ ਜਾਂਦੇ, ਜਦੋਂ ਮਹਾਂਪਰਲੋ ਹੁੰਦੀ ਹੈ ਆਉਂਦੇ ਨੇ ਵੀ ਇਹ ਸੰਸਾਰਾ ਕਈ ਵਾਰ ਪਸਰਿਓ ਪਸਾਰਾ, ਇੱਕ ਵਾਰੀ ਨਹੀਂ, ਏਕ ਛਿਵ ਪੈ ਏਕ ਗਏ ਏਕ ਫਿਰ ਪੈ, ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ, ਇਹ ਕੋਈ ਪਤਾ ਨਹੀਂ ਕਿੰਨੀ ਕੁ ਵਾਰਾ ਪਸਾਰਾ। ਲੇਕਿਨ ਜਦੋਂ ਪਸਾਰਾ ਮਿਟਣਾ ਹੈ ਉਦੋਂ ਕਰਮ ਸਿਧਾਂਤ ਖਤਮ ਹੋ ਜਾਏਗਾ। ਕੀ ਕੁਝ ਕਹਾਂ, ਕਈ ਕੁਝ ਖੁੱਲ ਜਾਂਦਾ ਸੱਚ ਪੁੱਛੋ। ਬਾਬਾ ਮਰਦਾਨਾ ਜੀ, ਸ਼ਾਇਦ ਤੁਹਾਡੀ ਪਕੜ 'ਚ ਆ ਜਾਏ ਸੌਖੀ ਤਰ੍ਹਾਂ ਨਾਲ। ਇਸੇ ਪੱਖ ਜਿੱਥੇ ਓਂਕਾਰ ਓਂਕਾਰੇਸ਼ਵਰ 'ਚ ਜਿੱਥੇ ਇਹ ਬਾਣੀ ਰਚੀ ਗਈ, ਉਸੇ ਏਰੀਏ 'ਚ ਗਏ ਸਨ ਅਤੇ ਕੀ ਵੇਹਦੇ ਨੇ, ਇੱਕ ਜਹਾਜ਼ ਡੁੱਬਦਾ ਜਾਂਦਾ। ਇਤਿਹਾਸ ਵਿੱਚੋਂ ਤੁਸੀਂ ਕਹਾਣੀ ਸੁਣੀ ਹੋਏਗੀ, ਕਿਸੇ ਵਿਦਵਾਨ ਕੋਲੋਂ ਵੀ ਸੁਣੀ ਹੋਏਗੀ। ਮਰਦਾਨਾ ਆਂਦਾ, ਮਹਾਰਾਜ ਭਾਈ ਤੁਹਾਡੇ ਕਰਤਾਰ ਦੀ ਖੇਡ ਦਾ ਵੀ ਕੋਈ ਪਤਾ ਨਹੀਂ, ਵੇਖੋ ਇਹ ਬੰਦਗੀ ਕਰਨ ਵਾਲੇ ਪੁਰਖ ਨੇ ਤੇ ਡੁੱਬਦੇ ਜਾਂਦੇ ਨੇ, ਤੇ ਸੱਚੇ ਪਾਤਸ਼ਾਹ ਦੇ ਭਾਈ ਕਿੰਤੂ ਨਹੀਂ ਕਰਨਾ ਚਾਹੀਦਾ ਪਰਮਾਤਮਾ ਦੀ। ਇਹ ਮੈਂ ਇੱਕ ਬੇਨਤੀ ਕਰਦਾ ਸਿੱਖ ਨੂੰ, ਸੱਚ ਪੁੱਛੋ ਤੇ ਕਰਮ ਸਿਧਾਂਤ ਨਾਲੋਂ ਉਹਦੇ ਹੁਕਮ ਦੇ ਸਿਧਾਂਤ ਵਿੱਚ ਆਉਣ ਜਾਣ ਵਾਸਤੇ ਜ਼ਿਆਦਾ ਹੁਕਮ ਹੈ। ਤੂੰ ਕਰਮ ਸਿਧਾਂਤ ਵੱਲ ਜਾਏਗਾ ਤੇ ਸੱਚ ਪੁੱਛਿਆ ਉਜੜੇ ਪੈ ਜਾਏਗਾ, ਦੁਚਿੱਤੀ 'ਚ ਪੈ ਜਾਏਗਾ, ਫਿਰ ਤੇਰੇ ਵਾਸਤੇ ਨਿਰਣਾ ਕਰਨਾ ਔਖਾ ਹੋ ਜਾਏਗਾ ਵੀ ਕੁੱਤੇ ਨੂੰ ਰੋਟੀ ਪਾਵਾਂ ਕਿ ਨਾ ਪਾਵਾਂ। ਉਹ ਨਾ ਹੋਵੇ ਜੇ ਕੁੱਤੇ ਨੂੰ ਰੋਟੀ ਪਾਈ ਹੈ ਤੇ ਕੱਲ੍ਹ ਨੂੰ ਕਰਮ ਸਿਧਾਂਤ ਲੱਗ ਜਾਏ ਤੇ ਫਿਰ ਕੁੱਤਾ ਬੰਦਾ ਬਣ ਜਾਏ ਤੇ ਮੈਂ ਰੋਟੀ ਖਾਣ ਵਾਸਤੇ ਕੁੱਤਾ ਬਣ ਜਾ, ਫਿਰ ਕੰਮ ਖਰਾਬ ਨਾ ਹੋ ਜਾਏ। ਉਹਦੋਂ ਬਿਹਤਰ ਕਹਿ ਜੇ ਤੂੰ ਗੁਰੂ ਦੇ ਹੁਕਮ ਵਿੱਚ ਚੱਲ ਜਾਏ ਤੇ ਫਿਰ ਸੱਚ ਪੁੱਛੋ ਕੁੱਤੇ ਨੂੰ ਪਾਈ ਕੋਈ ਰੋਟੀ ਵੀ ਰੱਬ ਤੱਕ ਪਹੁੰਚ ਜਾਏਗੀ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਪੁੱਜੇ ਤਾਂ ਹਉਮੈ ਕਹੇ ਨਾ ਕੋਏ। ਹੁਣ ਉੱਥੇ ਬਾਬਾ ਮਰਦਾਨਾ ਜੀ ਕਹਿੰਦੇ ਵੀ ਤੁਹਾਡਾ ਕਰਤਾਰ ਕਿੰਨਾ ਦਾ ਹੈ, ਵੇਖੋ ਸਾਧੂ ਡੁੱਬਦੇ ਜਾਂਦੇ ਨੇ, ਉਹ ਪਾਪੀ ਡੁੱਬਣ ਤੇ ਸ਼ਹਿਨ ਸ਼ਾਹ ਆਲਮ ਆਖਣ ਲੱਗੇ ਨਾ ਕਿੰਤੂ ਕਰ, ਆਖਣ ਲੱਗੇ ਕਿਉਂ,
ਇਹ ਕਰਤੇ ਦੀ ਖੇਡ ਕਰਤਾ ਹੀ ਜਾਣਦਾ। ਕਹਿੰਦਾ ਮਹਾਰਾਜ ਜੀ ਤੁਹਾਡੀ ਵੀ ਤਾਂ ਸਾਂਝ ਹੈਗੀ ਹੈ ਨਾ, ਤੁਸੀਂ ਵੀ ਤਾਂ ਕਰਤੇ ਦੇ ਰੰਗ ਨੂੰ ਦੱਸ ਦਿੰਦੇ ਹੋ ਨਾ, ਤੁਹਾਡਾ ਵੀ ਤਾਂ ਸੰਬੰਧ ਬਣ ਜਾਂਦਾ ਹੈ ਨਾ। ਮਰਦਾਨਿਆ ਠੀਕ ਹੈ ਜੋ ਕਰਤਾਰ ਕਰਦਾ, ਕਹਿੰਦਾ ਪਰ ਮੈਨੂੰ ਤੁਹਾਡਾ ਕਰਤਾਰ ਚੰਗਾ ਨਹੀਂ ਲੱਗਦਾ। ਇਹ ਬੰਦਗੀ ਕਰਨ ਵਾਲੇ ਡੁੱਬਦੇ ਜਾਣ, ਚਲੋ ਪਾਪੀ ਸੱਚੇ ਪਾਤਸ਼ਾਹ ਨੂੰ ਕਹਿਣਾ ਪਿਆ ਵੀ ਇੱਕ ਬੰਦਾ ਪਾਪੀ ਹੈ ਇਹਨਾਂ 'ਚ। ਮਰਦਾਨੇ ਨੇ ਦੂਸਰਾ ਸਵਾਲ ਕਰ ਦਿੱਤਾ, ਕਹਿੰਦਾ ਮਹਾਰਾਜ ਫਿਰ ਇਹਨਾਂ ਪੁੰਨੀਆਂ ਨਾਲ ਉਹ ਪਾਪੀ ਤਗੜਾ ਹੈ ਨਾ। ਇੱਥੇ ਆਣ ਕੇ ਇੱਕ ਕਰਮ ਸਿਧਾਂਤ ਹੋਰ ਖੁੱਲਦਾ ਜਿਹੜਾ ਬਾਬਾ ਕਬੀਰ ਜੀ ਨੇ ਸਾਨੂੰ ਤੁਹਾਨੂੰ ਦਿੱਤਾ ਹੈ, ਮਾੜੇ ਦੀ ਸੰਗਤ ਤੋਂ ਬਚ ਜਾ ਕਿਉਂਕਿ ਬਾਸਨ ਕਾਰੋ ਪਰਸੀਏ ਤੋਕ ਚ ਲਾਗੇ ਦਾਗ। ਕਾਲੇ ਭਾਂਡੇ ਦੇ ਕੋਲ ਭਾਈ ਗੁਰਦਾਸ ਜੀ ਨੂੰ ਸ਼ੁਰੂ ਕਰ ਲਿਆ ਫਿਰ ਮੈਂ ਇੱਥੇ ਰੁੱਝ ਜਾਣਾ। ਕੋਲਾ ਦੋਵਾਂ ਤਰ੍ਹਾਂ ਨਾਲ ਮਾਰਦਾ ਹੈ, ਠੰਡਾ ਹੋਵੇ ਤਾਂ ਵੀ ਕਲੱਤਣ ਦਿੰਦਾ ਹੈ, ਜੇ ਗਰਮ ਹੋਵੇ ਤਾਂ ਸਾੜਦਾ। ਕੋਇਲਾ ਸ਼ੀਤਲ ਕਰ ਕਰਤ ਸਿਆਮ ਗਹਿ ਤਪਤ ਪਰਸ ਪਰ ਦਗਧ ਕਰਤਕ ਹੈ। ਕੂਕਰ ਕੇ ਚਾਟਵੇ ਕਲੇਵਰੇ ਛੋਤ ਲਾਗੇ, ਕੁੱਤਾ ਪਿਆਰ ਨਾਲ ਤੁਹਾਡੇ ਹੱਥ ਨੂੰ ਚੱਟੇ, ਚਾਹੇ ਤੁਸੀਂ ਪਿਆਰ ਨਾਲ ਕੁੱਤੇ ਦੇ ਸਿਰ 'ਤੇ ਹੱਥ ਫੇਰੋ, ਛੋਤ 'ਤੇ ਤੁਹਾਨੂੰ ਲੱਗਣੀ ਲੱਗਣੀ। ਮਾੜੇ ਬੰਦੇ ਕੋਲ ਤੁਸੀਂ ਚਲੇ ਜਾਓ ਜਾਂ ਮਾੜਾ ਬੰਦਾ ਤੁਹਾਡੇ ਕੋਲ ਆ ਜਾਏ, ਅਤੇ ਯਾਦ ਰੱਖਿਓ ਜੇ ਨਾ ਗੁਰੂ ਦਾ ਓਟ ਆਸਰਾ ਲਿਆ ਤਾਂ ਬਚਣਾ ਔਖਾ ਹੈ। ਮਰਦਾਨਾ ਆਖਣ ਲੱਗਾ ਮਹਾਰਾਜ ਜੀ ਪਰ ਮੈਨੂੰ ਸਮਝ ਨਹੀਂ ਆ ਜਾਂਦੇ। ਅੱਛਾ ਕੋਈ ਗੱਲ ਨਹੀਂ, ਆਖਣ ਲੱਗੇ ਭਾਈ ਇੱਕ ਬੰਦਾ ਮਾੜਾ ਮਾੜੇ ਦੀ ਸੰਗਤ ਕਰਕੇ ਇਹ ਬੇੜਾ ਗਰਕ ਹੋ ਰਿਹਾ। ਸੁਤੇ ਸਿੱਧ ਸੁੱਤਾ ਸੀ। ਇੱਥੇ ਆਣ ਕੇ ਇਤਿਹਾਸਕਾਰ ਫਿਰ ਦੋ ਤਰ੍ਹਾਂ ਨਾਲ ਲਿਖਦੇ ਨੇ। ਕੁਝ ਆਉਂਦੇ ਨੇ ਮਾਲਕ ਜੀ ਨੇ ਸਹਿਜੇ ਨਾਲ ਉਹਦਾ ਕਮੀਜ਼ ਚੁੱਕ ਕੇ ਢਿੱਡ 'ਤੇ ਜਿੱਥੇ ਧੁੰਨੀ ਜੀ ਹੁੰਦੀ ਹੈ ਨਾ ਉੱਥੇ ਕੁ ਜੇ ਕੋਈ ਥੰਧਾ ਲਾ ਦਿੱਤਾ ਘਿਓ। ਕੁਝ ਆਉਂਦੇ ਨੇ ਉੱਥੇ ਪਤਾਸਾ ਰੱਖ ਦਿੱਤਾ। ਅਤੇ ਮੈਂ ਤਾਂ ਛਿੱਲ ਨਹੀਂ ਲਾਉਂਦਾ, ਮੈਂ ਇਹ ਆਹਨਾ ਵੀ ਕੁਝ ਨਾ ਕੁਝ ਤਾਂ ਕੀਤਾ ਨਾ। ਮਰਦਾਨਾ ਜੁੱਤਾ ਜੀ ਉਹ ਕਿਤੇ ਹੁਣ ਕੀੜੀਆਂ ਦਾ ਸੁਭਾਅ ਇਹਨਾਂ 'ਚ ਏਕਾ ਬੜਾ ਜੇ। ਭਾਈ ਗੁਰਦਾਸ ਜੀ ਨੇ ਏਕਤਾ ਅਤੇ ਇਤਫਾਕ 'ਚ ਕੀੜੀਆਂ ਦੀ ਬੜੀ ਉਸਤਤ ਕੀਤੀ ਜੇ, ਹੁਣ ਮੈਂ ਉੱਧਰ ਨੂੰ ਨਹੀਂ ਸ਼ੁਰੂ ਹੋਣਾ। ਉੱਥੇ ਬੜੀਆਂ ਚਪੇੜਾਂ ਮਾਰੀਆਂ ਮੇਰੇ ਵਰਗੇ ਸਿਆਣੇ ਨੇ, ਕਾਹਦੀ ਤੇਰੀ ਅਗਲ ਵੰਡੀਆਂ ਪਾ ਕੇ ਰੱਖ ਦਿੱਤੀਆਂ ਜੀ, ਕੌਮ 'ਚ ਵੰਡੀ ਪਾ ਦਿੱਤੀ ਹੋ, ਸੱਚ ਪੁੱਛੇ ਤੇ ਪੰਥ ਹੀ ਪਾੜ ਕੇ ਰੱਖ ਦਿੱਤਾ, ਕਾਹਦੀ ਤੇਰੀ ਅਕਲ ਹੈ, ਵੇਖ ਕੀੜੀਆਂ। ਮੈਂ ਇਹ ਸਾਇੰਸ ਦੇ ਪੱਖੋਂ ਵੀ ਮੈਨੂੰ ਦੱਸਿਆ ਜੇ ਇੱਕ ਕੀੜੀ ਨੂੰ ਪਤਾ ਲੱਗ ਜਾਏ ਤੇ ਉਹ ਤਕਰੀਬਨ 20 ਕੀੜੀਆਂ ਨੂੰ ਨਾਲ ਲੈ ਕੇ ਆਉਂਦੀ, ਆ ਜਾ ਚੱਲੀ ਉੱਥੇ ਦਾਣੇ ਹੈਗੇ ਜੇ। ਮੈਂ ਕਿਹਾ ਮੈਨੂੰ ਪਤਾ ਲੱਗ ਜਾਏ ਇੱਥੇ ਕੰਮ ਹੈਗਾ ਤੇ ਮੈਂ ਦੂਜੇ ਨੂੰ ਦੱਸਣਾ ਨਹੀਂ ਪੈਂਦਾ ਵੀ ਇੱਥੇ ਨਹੀਂ ਜਾਣਾ, ਉੱਧਰ ਨਾ ਜਾਈ, ਉੱਧਰ ਕੱਖ ਨਹੀਂ ਹੈ, ਈਰਖਾ। ਤੁਸੀਂ ਨਾਰਾਜ਼ ਨਾ ਹੋਇਓ, ਅਮੀਰੀ ਕੀ ਕਰਦੀ ਹੈ, ਸੱਚ ਪੁੱਛੋ ਖਾਣਾ ਬੁੱਸ ਭਾਵੇਂ ਜਾਏ ਤਬਾਹ ਭਾਵੇਂ ਹੋ ਜਾਏ ਗਰੀਬ ਨੂੰ ਨਹੀਂ ਦੇਣਾ। ਧਰਮਾਂ ਦਾ ਵੰਡ ਕੇ ਖਾ ਤੇ ਵੰਡ ਕੇ ਵੀ, ਸੱਚ ਪੁੱਛੋ ਮੈਂ ਕਈ ਵਾਰੀ ਆਖਿਆ ਵੰਡ ਕੇ ਵੀ ਦਾਤਾ ਨਾ ਖਵਾਈ, ਵੰਡ ਕੇ ਖਾਣ ਲੱਗਿਆਂ ਵੀ ਉਹਨੂੰ ਦੇ ਕੇ ਆਖੀ ਉਹਨੇ ਦਿੱਤਾ ਜਿਹਦਾ ਤੂੰ ਵੀ ਹੈ ਤੇ ਮੈਂ ਵੀ ਹਾਂ। ਇਹ ਵੀ ਕਹਾਣੀ ਬੜੀ ਇੱਕ ਅਜੀਬ ਜਿਹੀ ਹੈ। ਮੈਂ ਕੀ ਕਰਾਂ, ਮੈਂ ਫਸ ਜਾਂਦਾ ਇਹਨਾਂ ਗੱਲਾਂ 'ਚ। ਜਨਮ ਸਾਖੀ ਬਾਲੇਬਾਈ ਪੜ੍ਹੀਏ ਨਾ, ਮਿੰਟ ਇੱਕ ਲੱਗੇਗਾ ਭਾਈ। ਇੱਕ ਮੇਰੇ ਵਰਗਾ ਜਿਹੜਾ ਸਮਝੋ ਬੰਦਗੀ ਕਰਦਾ, ਜਿੱਦਾਂ ਹੁਣ ਤੁਹਾਡੇ ਮਨ 'ਚ ਹੈ ਵੀ ਗਿਆਨੀ ਜੀ ਹੋਣੀ ਤਾਂ ਸੱਚੀ ਗੱਲ ਹੈ ਅਤੇ ਬਾਬੇ ਨਾਲ ਬੜੇ ਨੇੜੇ ਤੇੜੇ ਨੇ, ਸਿੱਧੀਆਂ ਗੱਲਾਂ ਕਰਦੇ ਨੇ, ਗੁਰਬਾਣੀ ਪੜ੍ਹਦੇ ਨੇ, ਇਹ ਸੱਚੀ ਗੱਲ ਜੇ। ਬੜਾ ਵਿਸ਼ਵਾਸ ਕਰਦੇ ਨੇ ਕਈ ਵਾਰੀ, ਮੈਂ ਗਿਆਨੀ ਜੀ ਸਾਡੇ ਵਾਸਤੇ ਅਰਦਾਸ ਕਰਿਓ। ਮੈਂ ਕਿਹਾ ਤੁਹਾਡੀ ਨਹੀਂ ਸੁਣਦਾ, ਵੰਡੀ ਪਾਉਂਦੇ ਹੋ, ਅਤੇ ਜੇ ਸਾਰਿਆਂ ਦੀ ਸੁਣਦਾ ਹੈ ਤਾਂ ਫਿਰ ਤੁਸੀਂ ਆਪਣੀ ਅਰਦਾਸ ਆਪ ਕਰੋ ਖਾਂ। ਹਾਂ ਇਹ ਜ਼ਰੂਰ ਕਹਿ ਵੀ ਇੱਕ ਸਿਸਟਮ ਜਿਹਾ ਪੰਥ ਨੇ ਬਣਾ ਦਿੱਤਾ, ਚਲੋ ਉਸ ਨਾਤੇ ਨਾਲ ਭਾਈ ਜਿਹੜਾ ਅਰਦਾਸੀ ਆ ਉਹਦੇ ਕੋਲ ਅਰਦਾਸ ਕਰਾ, ਪਰ ਅੰਦਰੋਂ ਤੂੰ ਕਰੀ, ਕਿਉਂਕਿ ਜਿੰਨਾ ਦੁੱਖ ਤੈਨੂੰ ਆਉਣਾ ਉਹਨਾਂ ਅਰਦਾਸੀਏ ਨੂੰ ਨਹੀਂ ਆਉਣਾ। ਜਿੰਨਾ ਰੋਗੀ ਅਰਦਾਸ ਕਰ ਸਕਦਾ, ਸੱਚ ਪੁੱਛੋ ਸੁਖੀ ਬੰਦੇ ਨੂੰ ਤਾਂ ਰੋਗ ਦਾ ਅਹਿਸਾਸ ਹੀ ਨਹੀਂ ਹੁੰਦਾ, ਉਹਦੀ ਕਿਤੇ ਰੱਬ ਨਾਲ ਸਿੱਧੀ ਗੱਲਬਾਤ ਹੋ ਗਈ। ਉਹਨੇ ਰੋਜ਼ ਹੀ ਜਾਣਾ, ਅੱਠੀ ਕੁ ਦਿਨ ਫਿਰ ਚਲੇ ਜਾਣਾ,
रस्ते च एक बंदा बैठा ओदे पले कख नहीं भुखा मरदा नंगा जदों कदे मूंह मूंह आउंदा एक दरखत दे थले बेचारा आसरा जिहा लै लैंदा हुण जिहड़ा सुख ना मेरे वर्गा धर्मी आ लिबास पा के कई वारी धर्म दा ढंडोरा दिंदा ही है ना गुस्ताखी मां देखो एक पक्खों ते चंगा है पर दूजे पासों जे हंकार करदा ते माड़ा है जे हौमें जान के चाहुंदा ना भी मैं धर्मी हाँ ते खरे ये धर्मी है कि नहीं धर्मी है ओदी खेड़ ही ओदे च इक खेड़ है वो चाहे ते कौडे वर्गे राक्ष नूं भी सिख धर्म का प्रचारक बना दे ना चाहे तो घर च जन्म लै पृथ्वी चंद नूं भी सिखी तो मांझियां कर दे ओदी मौज कह क्योंकि बीओ पूछ ना मसले धरे जो किश करे सो आपे करे वो सहज बारदा यार रोज जाना इधर नूं किधर जाना ना रब कोल आंदा सच्ची मुझी आंदा हां मेरी सीधी गलबात है आंदा यार मेरा सुनेहा ते लै जा आंदा दस आंदा सुनेहा यह भी उन्हें पूछी भी मेरे कर्मा च रज के रोटी है नहीं भुखे मरना ही है बड़ा चाई चाई गया अंदरों खुश होया पर जेड़ी गल मैं आखनी सी नहीं आपे ही आख ली भुखा मरना तुम गुस्सा ना मनाए हो मेरे वर्गा केला खा के छिड़कते सुटने तो दुर्जा तिलकता खिड़खड़ा के अन्ना है वह बेवकूफा अन्ना तो तू आ जिन्हों नहीं पता भी छिलका कितने टुटना अच्छी दूसरे के दुख से कुछ ही जार करते हैं याद रखियो धर्मी बंदा दूसरे के दुख न अपने ते लैके तत्ती तवी ते बहिंदा है धर्मी बंदा दूसरे की परेशानी नू लैके सच पुछो तो मैं कहन नू तैयार हाँ अपने पुत नू जतीम कर दिंदा है दूसरियां वास्ते ताकि उन्होंने मां बाप जींदे रहन ये सिखी है आप गवाइए तां शो पाइए और कैसी चतराई सौ नदर कर देखे सोदन देखे कामण नौनित पाई चलिया गया जदों उत्थे वेख्या जांदियां ते सच्ची गल आले दुआले भी वेखी उन्हें भी वेख्या एक बन्ने स्वर्ग बन डे एक बन्ने नरक बन डे आंदा भी आ खेड नवी बनाती जे ये स्वर्ग कहदे वास्ते है रब आखण लगा तेरे वास्ते बंदगी कर डे तू स्वर्ग च आउणा आंदा नरक कहदे वास्ते आंदा जिहनूं राह च मिल के आया ते खिड़खड़ा के हस पिया आंदा मरेगा इत्थे उत्थे भी भुखा मरदा इत्थे भी मरेगा ਉਨੀ ਖੁਸ਼ੀ ਉਹਨੂੰ ਸੱਚ ਪੁੱਛੋ ਆਪਣੇ ਸਵਰਗ ਦੀ ਨਹੀਂ ਜਿੰਨੀ ਉਹਨੂੰ ਖੁਸ਼ੀ ਇਹ ਹੋਈ ਵੀ ਦੂਜੇ ਮੈਂ ਨਹੀਂ ਕੁਝ ਵੀ ਕਿਹੜਾ ਤੁਸੀਂ ਵੀ ਇੱਦਾਂ ਆਪਾਂ ਵੀ ਇੱਦਾਂ ਹੀ ਕਰਦੇ ਹਾਂ ਦੂਸਰੇ ਦੇ ਦੁੱਖ ਵੱਲ ਵੇਖ ਕੇ ਨੇ ਚੰਗਾ ਹੋਇਆ ਜੀ ਉਹ ਤਿਲਕਣ ਵਾਲਾ ਮਿੱਤਰਾ ਕੱਲ੍ਹ ਤੂੰ ਵੀ ਤਿਲਕ ਸਕਦਾ ਨਾਰਾਜ਼ ਤਾਂ ਨਹੀਂ ਹੋਵੋਗੇ ਮੈਂ ਇੱਕ ਕੌੜਾ ਬਚਨ ਕਹਿਣ ਲੱਗਾ ਫੇਸਬੁੱਕ 'ਤੇ ਕਈ ਵਾਰੀ ਅੱਜ ਕੱਲ੍ਹ ਵੀਡੀਓ ਪੈਂਦੀਆਂ ਨੇ ਨਾ ਬੜੇ ਮੇਰੇ ਵਰਗਿਆਂ ਗਿਆਨੀ ਜਾ ਵੇਖਿਓ ਫਲਾਣੇ ਸਾਹ ਦਾ ਹੋਇਆ ਜੋ ਤੁਹਾਡਾ ਭਲਾ ਹੋ ਜੇ ਕੱਲ੍ਹ ਨੂੰ ਤੁਹਾਡਾ ਵੀ ਹੋ ਸਕਦਾ ਹੈ ਯਾਦ ਰੱਖਿਓ ਉਰਦੂ ਦੀ ਇੱਕ ਕਹਾਵਤ ਹੈ ਇਸ ਹਮਾਮ ਮੇ ਸਭੀ ਨੰਗੇ ਗਏ ਜਦੋਂ ਵੀ ਕੋਈ ਨਹਾਉਣ ਵਾਲੇ ਥਾਂ ਤੇ ਜਾਂਦਾ ਕੱਪੜੇ ਪਾ ਕੇ ਨਹਾਉਂਦਾ ਨਹੀਂ ਜੇ ਕੱਪੜੇ ਪਾ ਕੇ ਗਿੱਲਾ ਹੁੰਦਾ ਹੈ ਕਿਹਦੀ ਅੰਦਰ ਨਹੀਂ ਜੀ ਵੀ ਸ਼ਿਵਕਾਰ ਕੌਣ ਦਾਅਵਾ ਕਰ ਸਕਦਾ ਹੈ ਕਿ ਮੈਂ ਇਹਨਾਂ ਸਾਰਿਆਂ ਤੋਂ ਉੱਚਾ ਜੀ ਪਰ ਮਨੁੱਖੀ ਸੁਭਾਅ ਹੈ ਇਹ ਦੂਸਰੇ ਦੇ ਔਗਣ ਨੂੰ ਇੰਨਾ ਪ੍ਰਗਟ ਕਰ ਦਿੰਦਾ ਤਾਂ ਕਿ ਉਹਦੇ ਔਗਣ ਦੇ ਥੱਲੇ ਮੇਰੇ ਔਗਣ ਵੱਲ ਕੋਈ ਵੇਖੇ ਹੀ ਨਾ ਨਹੀਂ ਪਿਆਰਿਆ ਇੱਥੇ ਤੇ ਸੱਚ ਪੁੱਛੇ ਉਹ ਵਾਕ ਬਾਰ ਬਾਰ ਚੇਤੇ ਹੁੰਦਾ ਆਪ ਸਵਾਰੇ ਮੈਂ ਮਿਲੇ ਕਿਉਂਕਿ ਰੱਬ ਤੇ ਪਹਿਲਾਂ ਹੀ ਮਿਲਿਆ ਸ਼ੀਸ਼ਾ ਸਾਫ਼ ਕਰਨ ਦੀ ਲੋੜ ਹੈ ਉਹਦੇ ਵਿੱਚ ਤੇ ਤੁਹਾਡਾ ਚਿੱਤਰ ਪਹਿਲਾਂ ਹੀ ਉਤਰਿਆ ਹੈ ਨਹੀਂ ਦਿਸਦਾ ਤੇ ਜਾਂ ਤੁਹਾਡੀ ਨਿਗਾਹ ਦੀ ਕਮਜ਼ੋਰੀ ਮੈਂ ਆਪ ਜੀ ਦੇ ਚਰਨ ਪਰਸਦਿਆਂ ਪਿਛਲੀ ਵਾਰੀ ਇੱਕ ਬੇਨਤੀ ਕਰ ਗਿਆ ਸਾਂ ਇੱਕ ਸਥੂਲ ਸ਼ੀਸ਼ੇ 'ਚੋਂ ਸਥੂਲ ਚਿਹਰਾ ਵੇਖਣਾ ਮੈਂ ਤੇ ਅੱਠ ਪ੍ਰਕਾਰ ਦੀ ਸਾਧਨਾ ਚਾਹੀਦੀ ਹੈ ਨਿਰਗੁਣ 'ਚੋਂ ਨਿਰਗੁਣ ਨੂੰ ਵੇਖਣਾ ਕਿਤੇ ਸੌਖਾ ਹੈ ਕਿਤੇ ਤਪੱਸਿਆ ਹੈ ਆਖਣ ਲੱਗੇ ਅੱਛਾ ਆਉਂਦਾ ਜੀ ਫਿਰ ਉਹਦਾ ਇੱਕ ਸੁਨਾਮ ਵੀ ਸੁਣ ਲਓ ਉਹਦੇ ਦੱਸ ਆਦੇ ਉਹ ਆਉਂਦਾ ਸੀ ਵੀ ਮੇਰੀ ਜ਼ਿੰਦਗੀ 'ਚ ਰੱਜ ਕੇ ਰੋਟੀ ਨਹੀਂ ਉਹ ਆਉਂਦੇ ਭਾਈ ਉਹਦੀ ਉਮਰ ਲੰਮੀ ਹੈ ਅੰਨ ਥੋੜ੍ਹਾ ਹੈ ਇਸ ਕਰਕੇ ਥੋੜ੍ਹਾ ਥੋੜ੍ਹਾ ਕਰਕੇ ਦਿੰਦੇ ਵੀ ਜ਼ਿੰਦਗੀ ਲੰਮੀ ਹੈ ਕਿਸੇ ਤਰ੍ਹਾਂ ਬਸਰ ਹੋ ਜਾਏ ਹੋਰ ਖੁਸ਼ ਹੋ ਗਿਆ ਵੀ ਅੱਜ ਹੀ ਨਹੀਂ ਭੁੱਖਾ ਮਰਦਾ ਸਾਰੀ ਉਮਰ ਹੀ ਮਰੇਗਾ
100 ਚੋਂ ਕਰੀਬਨ 95% ਬੰਦੇ ਕੇਵਲ ਦੂਜਿਆਂ ਦੇ ਦੁੱਖ ਤੇ ਦੂਜਿਆਂ ਦੀ ਗਰੀਬੀ ਤੇ ਦੂਜਿਆਂ ਦੀ ਲਾਚਾਰਗੀ ਤੇ ਖੁਸ਼ੀ ਯਾਰ ਕਰਦੇ। ਆ ਗਿਆ ਵਾਪਸ, ਆਂਦਾ ਸੁਣਾ, ਆਂਦਾ ਸੁਣਾਉਣਾ ਕੀ ਆ, ਏਦਾਂ ਹੀ ਭੁੱਖਾ ਮਰੇਗਾ। ਉਹ ਉੱਠ ਕੇ ਨੱਚਣ ਲੱਗ ਪਿਆ। ਆਂਦਾ ਖੁਸ਼ ਕਿਉਂ ਹੋਇਆ? ਆਂਦਾ ਖੁਸ਼ ਇਸ ਕਰਕੇ ਹੋਇਆ, ਮੈਂ ਤੇ ਸੋਚਿਆ ਸੀ ਰੱਬ ਨੂੰ ਮੇਰਾ ਚੇਤਾ ਹੀ ਭੁੱਲ ਗਿਆ, ਉਹਨੂੰ ਤੇ ਮੇਰਾ ਬੜਾ ਪੱਕਾ ਚੇਤਾ ਹੈ, ਮੈਂ ਉਹਨੂੰ ਚੇਤੇ ਹੀ ਨਹੀਂ ਕੀਤਾ, ਮੈਂ ਉਹਦੀ ਬੰਦਗੀ ਕੋਈ ਨਹੀਂ ਕੀਤੀ, ਮੈਂ ਉਹਦਾ ਤੇ ਸੱਚ ਪੁੱਛੋ ਨਾ ਹੀ ਕੋਈ ਨਹੀਂ ਲਿਆ, ਯਾਦ ਹੀ ਕਦੇ ਨਹੀਂ ਕੀਤਾ, ਮੈਨੂੰ ਤੇ ਖੁਸ਼ੀ ਇਹ ਹੋਈ ਹੈ ਉਹਨੂੰ ਮੇਰਾ ਚੇਤਾ ਹੈ। ਥੋੜੀ ਦੁਨੀਆ ਹੋਰ ਹੈ ਜਿਹਨਾਂ ਦਾ ਚੇਤਾ ਕਰੇ, ਜੇ ਉਹਨੂੰ ਮੇਰਾ ਚੇਤਾ ਹੈ ਨਾ ਤਾਂ ਫਿਰ ਮੈਨੂੰ ਕੋਈ ਪਰਵਾਹ ਨਹੀਂ, ਹੁਣ ਕਦੋਂ ਜਾਣਾ ਹੀ? ਆਂਦਾ 8 ਦਿਨਾਂ ਨੂੰ ਬਾਅਦ। ਹੁਣ ਉਹਨੇ ਤੇ ਸੋਚਿਆ ਸੀ ਇਹ ਵੀ ਜਦੋਂ ਦੱਸਾਂਗਾ ਦੁਖੀ ਹੋਏਗਾ, ਉਹ ਸਗੋਂ ਖੁਸ਼ ਹੋਇਆ। 8 ਦਿਨਾਂ ਬਾਅਦ ਚੱਲਿਆ, ਆਂਦਾ ਸੁਣਾ, ਆਂਦਾ ਯਾਰ ਮੇਰਾ ਇੱਕ ਸੁਨੇਹਾ ਦੇਈ। ਭਾਈ ਚੱਲ ਕੋਈ ਗੱਲ ਨਹੀਂ, ਭੁੱਖਾ ਮਰਾਂਗਾ ਤੇ ਮੈਂ ਹੀ ਮਰਾਂਗਾ ਨਾ, ਮੈਨੂੰ ਇੱਕੇ ਵਾਰੀ ਦੇ ਦੇ ਸਾਰਾ ਕੁਝ, ਰੱਜ ਕੇ ਖਾ ਕੇ ਤੇ ਵੇਖ ਲਾ, ਭੁੱਖ ਦਾ ਆਨੰਦ ਤੇ ਵੇਖ ਲਿਆ। ਸ਼ੇਖ ਸਾਧ ਨੇ ਇੱਕ ਨਿੱਕੀ ਜਿਹੀ ਕਹਾਣੀ ਲਿਖੀ ਹੈ, ਰਾਜੇ ਦਾ ਹੋ ਗਿਆ ਖਜ਼ਾਨਾ ਚੋਰੀ, ਪਕੜਦਿਆਂ ਕਿਤੇ ਸਾਧ ਪਕੜੇ ਗਏ ਦੋ, ਵੀ ਇਹ ਚੋਰ ਨੇ, ਪਕੜੇ ਗਏ ਗਲਤ, ਦੋਵਾਂ ਨੂੰ ਫੜ ਕੇ ਕੈਦ ਕਰਤਾ। ਇੱਕ ਮੇਰੇ ਵਰਗਾ ਸੱਚੀ ਗੱਲ ਹੈ, ਸਵੇਰੇ ਉੱਠਦਿਆਂ ਕੋਈ ਨਿੱਤ ਨਹੀਂ, ਬਹੁਤਾ ਫਿਕਰ ਇਹ ਹੈ ਵੀ ਥੱਲੇ ਜਾਵਾਂ ਛੇਤੀ ਕਰਾਂ ਚਾਹ ਬਣਾ ਕੇ ਲਿਆਵਾਂ ਅਤੇ ਫਿਰ ਅੰਦਰ ਢਿੱਡ 'ਚ ਝੋਕਾ ਦਿਆਂ, ਖਾਣ ਦਾ ਸ਼ੌਕੀਨ, ਅਤੇ ਫਿਰ ਜੇ ਸਵਾਦੀ ਲੱਭ ਜਾ ਫਿਰ ਸੁੱਖਣਾ, ਸਰੀਰ ਵੀ ਭਾਰਾ ਹੋ ਗਿਆ। ਇੱਕ ਸੀ ਉਹ ਜਿਹੜਾ ਫਾਕੇ ਕੱਢਦਾ ਸੀ, ਰਾਜਾ ਆਖਣ ਲੱਗਾ ਮੈਂ ਕਾਹਨੂੰ ਕਤਲ ਆਪਣੇ ਜੁੰਮੇ ਲੈਣਾ, ਦੋਵਾਂ ਨੂੰ ਅੰਦਰ ਕੈਦ ਕਰ ਦਿਓ, ਬਾਹਰੋਂ ਕੁੰਡਾ ਮਾਰ ਦਿਓ, ਆਪੇ ਭੁੱਖੇ ਪਿਆਸੇ ਮਰ ਜਾਣਗੇ। ਹੁਣ ਤੁਸੀਂ ਦੱਸੋ ਜਿਹੜਾ 5-7 ਪਰੌਂਠੇ ਮੇਰੇ ਵਰਗਾ ਰੋਜ਼ ਖਾਣ ਵਾਲਾ ਉਹ ਛੇਤੀ ਮਰੇਗਾ ਕਿ ਜਿਹੜਾ ਇੱਕ ਤੇ ਪ੍ਰਸ਼ਾਦੇ ਤੇ ਗੁਜ਼ਾਰਾ ਕਰਨ ਵਾਲਾ ਉਹ ਛੇਤੀ ਮਰੇਗਾ? ਉਹ ਜਿਸ ਵੇਲੇ ਜਿਹੜਾ ਮੇਰੇ ਵਰਗਾ ਪੇਟ ਪਾਲੂ ਸੀ ਨਾ, ਉਹਦੇ ਭੋਗ 8 ਦਿਨਾਂ 'ਚ ਹੀ ਪੈ ਗਿਆ, ਅਤੇ ਜਿਹੜਾ ਸੁਖਨਾ ਭੁੱਖੜ ਧਾਰ ਰੱਖ ਰੱਖ ਕੇ ਪਹਿਲਾਂ ਪੱਕਾ ਹੋਇਆ ਸੀ ਰੱਬ ਵੱਲੋਂ ਫਾਕੇ ਕੱਟ ਕੱਟ ਕੇ, ਉਹ 15-20 ਦਿਨ ਕੱਢ ਗਿਆ। ਉਹ ਕਿਤੇ 10 ਕੁ ਦਿਨਾਂ ਬਾਅਦ ਅਸਲੀ ਚੋਰ ਪਕੜੇ ਕਿ ਉਹਨਾਂ ਮੰਨ ਲਿਆ ਵੀ ਖਜ਼ਾਨਾ ਆਦਾ ਭੰਨਿਆ। ਉਹ ਬਾਦਸ਼ਾਹ ਆਖਣ ਲੱਗਾ ਯਾਰ ਪਾਪ ਹੋ ਗਿਆ ਤੇ ਬੜਾ ਵੱਡਾ, ਆਂਦਾ ਖੋਲੋ ਕੁੰਡਾ। ਜਿਹੜੇ ਵੇਲੇ ਕੁੰਡਾ ਖੋਲਿਆ, ਜਿਹੜਾ ਮੇਰੇ ਵਰਗਾ ਪਰੌਂਠਿਆਂ ਦਾ ਸ਼ਕੀਨ ਸੀ ਉਹ ਤਾਂ ਮਰਿਆ ਪਿਆ, ਅਤੇ ਜਿਹੜਾ ਦੂਜਾ ਸੀ ਨਾ ਉਹ ਬਾਹਰ ਲਾਹੌਰ ਦੀਆਂ ਬਾਜ਼ਾਰਾਂ 'ਚ ਭੱਜਾ ਫਿਰੇ, ਸ਼ੇਖ ਸਾਧੀ ਨੇ ਲਿਖਿਆ। ਆਂਦਾ ਲਾਹੌਰ ਦੀਆਂ ਬਾਜ਼ਾਰਾਂ, ਆਂਦਾ ਵਾਹ ਗਰੀਬੀਏ ਤੂੰ ਕਿਰਪਾ ਕਰ ਦੀ, ਜੇ ਤੂੰ ਮੇਰੇ 'ਤੇ ਨਾ ਕਿਰਪਾ ਕਰ ਦਿਓ ਮੈਂ ਵੀ ਮਰ ਜਾਣਾ ਸੀ। ਦੁੱਖ ਵਿੱਚ ਸੂਖ ਮਨਾਈ, ਆਖਣਗਾ ਉਹਨੂੰ ਆਖੀ ਮੈਨੂੰ ਜਿੰਨਾ ਕੁ ਖਜ਼ਾਨਾ ਦੇ ਦੇ ਮੈਂ ਇੱਕੇ ਵਾਰੀ ਰੱਜ ਕੇ ਖਾ ਕੇ ਵੇਖ ਲਵਾਂ, ਯਾਰ ਕੋਈ ਗੱਲ ਨਹੀਂ ਬਥੇਰੀ ਭੁੱਖ ਕੱਟ ਲਈ। ਉਹਨੇ ਜਾਸ ਨਹੀਂ ਦਿੱਤਾ, ਉਹ ਦੂਸਰਾ ਸਿਸਟਮ ਉੱਥੇ ਦਾ ਉੱਥੇ ਖਲੋਤਾ, ਸਵਰਗ ਵੀ ਉੱਥੇ ਖਲੋ ਗਿਆ, ਨਰਕ ਵੀ ਉੱਥੇ ਖਲੋ ਗਿਆ, ਕੁਝ ਨਾ ਵਧੀਆ ਹੋਇਆ ਕੀ? ਜਦੋਂ ਮੁੜ ਕੇ ਰੱਬ ਨੂੰ ਪੁੱਛਿਆ, ਆਖਣ ਲੱਗਾ ਜੀ ਉਹ ਆਉਂਦਾ ਵੀ ਮੈਨੂੰ ਸਾਰਾ ਹੀ ਦੇ ਦਿਓ ਇੱਕੇ ਵਾਰੀ, ਵੀ ਮੈਂ ਭੁੱਖਾ ਮਰਾਂ ਕਿਸੇ ਤਰ੍ਹਾਂ ਮਰਾਂ ਕੋਈ ਗੱਲ ਨਹੀਂ, ਰੱਜ ਕੇ ਖਾ ਕੇ ਵੇਖ ਤੇ ਲਵਾਂ ਵੀ ਭੁੱਖ ਦਾ ਆਨੰਦ ਕੀ ਹੈ, ਰੱਜਣ ਦਾ ਕੀ ਆਨੰਦ ਹੈ। ਉਹਦੇ ਜਾ ਵੀ ਦਿੱਤਾ ਸਾਰਾ, ਹੁਣ ਜਦੋਂ ਉਹਦੇ ਕੋਲ ਆ ਗਿਆ ਉਦੋਂ ਕੱਠਾ ਕੋਠਾ ਮਰਡਾ ਕੋਈ ਨਹੀਂ, ਸੰਖਿਪਤ ਰੂਪ ਵਿੱਚ ਬੇਨਤੀ ਕਰ ਲਵਾਂ। ਉਹਨੇ ਸੋਚਿਆ ਵੀ ਖਰਾਬ ਵੀ ਹੋ ਜਾਣਾ, ਉਹਨੇ ਲੰਗਰ ਲਾ ਤਾ, ਜਿਹੜੇ ਮੈਂ ਲੰਗਰ ਲਾਇਆ ਤੇ ਸਾਰੇ ਆਖਣ ਮਰਦਾ।